ਜਿਹੜਾ ਸਾਡਾ ਐਸਕੇਐਮ ਵੱਲੋਂ ਫੈਸਲਾ ਆਇਆ ਵੀ 16 ਤਰੀਕ ਨੂੰ 16 ਫਰਵਰੀ ਨੂੰ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ। ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ, ਸਾਡੀਆਂ ਮੀਟਿੰਗਾਂ ਜਿਹੜੀਆਂ ਆੜ੍ਹਤੀ ਐਸੋਸੀਏਸ਼ਨ ਨਾਲ ਹੋ ਗਈਆਂ, ਟ੍ਰੇਡ ਯੂਨੀਅਨਾਂ ਨਾਲ ਹੋ ਗਈਆਂ, ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ, ਪੈਪਸੂ ਰੋਡ ਟਰਾਂਸਪੋਰਟ ਨਾਲ ਹੋ ਗਈਆਂ ਨੇ, ਇਸ ਤਰ੍ਹਾਂ ਪੈਟਰੋਲ ਪੰਪਾਂ ਵਾਲਿਆਂ ਨਾਲ ਹੋ ਗਈਆਂ, ਸਾਰਿਆਂ ਨੇ ਸਾਨੂੰ ਪੂਰਨ ਤੌਰ ਤੇ, ਕਿਸਾਨਾਂ ਨੇ, ਮਜ਼ਦੂਰਾਂ ਨੇ ਪੂਰਨ ਸਹਿਯੋਗ ਦਿੱਤਾ। ਪੂਰਨ ਤੌਰ ਤੇ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਸਾਰਾ ਭਾਰਤ ਜਿਹੜਾ ਬੰਦ ਕਰਾਂਗੇ। ਕਿਉਂ ਬੰਦ ਕਰਾਂਗੇ? ਕਿਉਂਕਿ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਸਰਕਾਰ ਆ ਉਹਦੇ ਹਵਾਲੇ ਸਾਨੂੰ ਕਰਨ ਜਾ ਰਹੀ ਆ, ਹਰ ਚੀਜ਼ ਜਿਹੜੀ ਆ ਉਹ ਕਾਰਪੋਰੇਟ ਨੂੰ ਦੇਣ ਜਾ ਰਹੀ ਆ। ਕਾਰਪੋਰੇਟਾਂ ਦਾ ਹੀ ਕਰਜ਼ਾ ਮਾਫ਼ ਕਰਨਾ ਜਾ ਰਹੀ ਆ, ਕਿਸਾਨਾਂ ਦਾ ਕਰਜ਼ਾ ਵੀ ਮਾਫ਼ ਨਹੀਂ ਕਰ ਰਹੀ। ਸਾਨੂੰ MSP ਦਾ ਜਿਹੜਾ ਲਾਰਾ ਲਾਇਆ ਸੀ ਵੀ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਸਰਕਾਰ ਨੇ, ਸਰਕਾਰ ਦਾ ਸਮਾਂ ਪੂਰਾ ਹੋ ਗਿਆ 2024 'ਚ, ਇਹਨਾਂ ਨੇ ਕਿਹਾ ਸੀ ਉਹ, ਸਾਡੀ ਆਮਦਨ ਦੁੱਗਣੀ ਨਹੀਂ ਹੋਈ, ਸਾਡੇ ਕਰਜ਼ੇ ਜਿਹੜੇ ਆ ਮਾਫ਼ ਨਹੀਂ ਹੋਏ, ਸਾਡੀ ਫਸਲ ਬੀਮਾ ਯੋਜਨਾ ਜਿਹੜੀ ਉਹ ਨਹੀਂ ਪੂਰੀ ਹੋਈ, ਸਾਨੂੰ ਬੁਢਾਪਾ ਪੈਨਸ਼ਨ ਨਹੀਂ ਮਿਲੀ। ਇਸ ਲਈ ਸਰਕਾਰ ਨੂੰ ਜਗਾਉਣ ਲਈ ਅਸੀਂ ਇਹ ਜਿਹੜਾ 16 ਤਰੀਕ ਦਾ, 16 ਫਰਵਰੀ ਦਾ ਪੂਰਨ ਤੌਰ 'ਤੇ ਜਿਹੜਾ ਭਾਰਤ ਬੰਦ ਕਰਨ ਜਾ ਰਹੇ ਹਾਂ, ਉਹਦੇ 'ਚ ਅਸੀਂ ਕੋਈ ਜਿਹੜੀ ਆ ਗੱਡੀ ਉਹ ਚੱਲਣ ਨਹੀਂ ਦੇਵਾਂਗੇ। ਪਰ ਜਿਹੜੀਆਂ ਵਿਸ਼ੇਸ਼ ਛੂਟ ਜਿਹੜੇ ਸਕੂਲਾਂ ਦੇ ਵਿਦਿਆਰਥੀ ਆ, ਜਾਂ ਜਿਨ੍ਹਾਂ ਦੇ ਪੇਪਰ ਆ, ਜਾਂ ਕੋਈ ਬਰਾਤਾਂ ਨੇ, ਜਾਂ ਵਿਆਹ ਨੇ, ਜਿਨ੍ਹਾਂ ਨੂੰ ਵੀ ਜ਼ਰੂਰੀ ਕੰਮ ਆ, ਉਹਨਾਂ ਨੂੰ ਪੂਰਨ ਖੁੱਲ੍ਹ ਹੋਊਗੀ। ਅਸੀਂ ਆਪਦੇ ਵਰਕਰਾਂ ਨੂੰ ਵੀ ਬੇਨਤੀ ਕਰਤੀ ਆ ਵੀ ਜਿਹੜਾ ਵੀ ਕਹਿੰਦਾ ਮੈਨੂੰ ਜ਼ਰੂਰੀ ਕੰਮ ਆ ਤਾਂ ਉਹਨਾਂ ਨੂੰ ਜ਼ਰੂਰੀ ਨਿਗਾਇਆ ਜਾਊ। ਜਿਹੜੀ ਮੇਨ ਟ੍ਰੈਫਿਕ ਆ ਉਹ ਅਸੀਂ 12 ਤੋਂ 4 ਵਜੇ ਤੱਕ ਬੰਦ ਕਰਾਂਗੇ। ਰੇਲ ਗੱਡੀਆਂ, ਬੱਸਾਂ, ਰੇਲ ਗੱਡੀਆਂ ਸਾਰਾ ਕੁਝ ਬੰਦ ਕਰਾਂਗੇ। ਜਿਹੜੀ ਸੜਕੀ ਆਵਾਜਾਈ ਆ ਉਹ ਅਸੀਂ 12 ਤੋਂ 4 ਮੇਨ ਬੰਦ ਕਰਾਂਗੇ। ਦੁਕਾਨਾਂ ਜਿਹੜੀਆਂ ਨੇ ਸਵੇਰ ਤੋਂ ਲੈ ਕੇ 4 ਵਜੇ ਤੱਕ ਬੰਦ ਕਰਾਂਗੇ। ਟੋਲ ਪਲਾਜ਼ੇ ਸਾਰੇ ਫ੍ਰੀ ਕਰਾਂਗੇ। ਜਿਹੜੀ ਸਾਡੀ SKM ਦੀਆਂ ਜਿਨ੍ਹਾਂ ਨੇ ਅਸੀਂ ਲੜਾਈ ਲੜੀ ਆ ਪਿਛਲੀ ਦੇਸ਼ 'ਚ, ਪੰਜਾਬ 'ਚੋਂ 32 ਜਥੇਬੰਦੀਆਂ ਸੀ, ਉਹਦੇ 'ਚੋਂ 27 ਜਥੇਬੰਦੀਆਂ ਅਸੀਂ 16 ਤਰੀਕ ਨੂੰ ਜਿਹੜਾ ਦੇਸ਼ ਬੰਦ ਕਰ ਰਹੇ ਹਾਂ। ਉਹ 5 ਜਥੇਬੰਦੀਆਂ ਜਿਹੜੇ ਡੱਲੇਵਾਲ ਸਾਹਿਬ ਨੇ, ਉਹਨਾਂ ਨੇ 13 ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ। ਉਹਦੇ 'ਚ ਕੁਛ ਉਹਨਾਂ ਤੋਂ ਚੂਕ ਰਹਿ ਗਈ, ਅਸੀਂ ਬੜੀ ਕੋਸ਼ਿਸ਼ ਕੀਤੀ ਵੀ ਇਹ ਸਾਂਝੇ ਤੌਰ 'ਤੇ ਜਿਹੜਾ ਦਿੱਲੀ ਨੂੰ ਕੂਚ ਦਾ ਪ੍ਰੋਗਰਾਮ ਬਣਾਇਆ ਜਾਵੇ, ਪਰ ਉਹ ਸਾਡੇ 'ਚ ਆਪਸੀ ਤਾਲਮੇਲ ਦੀ ਕਮੀ ਰਹਿਣ ਕਰਕੇ ਉਹਨਾਂ ਨੇ ਇਕੱਲਿਆਂ ਨੇ ਕੂਚ ਕਰਨ ਦਾ ਪ੍ਰੋਗਰਾਮ ਬਣਾ ਲਿਆ। ਸਰਕਾਰ ਨਾਲ ਚਲੋ ਉਹਨਾਂ ਦੀਆਂ ਗੱਲਾਂ ਚੱਲਦੀਆਂ ਨੇ, ਸਾਡੀਆਂ ਮੰਗਾਂ ਇੱਕੋ ਹੀ ਨੇ, ਜਿਹੜੀਆਂ ਸਾਡੀਆਂ ਮੰਗਾਂ ਨੇ ਉਹੀ ਉਹਨਾਂ ਦੀਆਂ ਮੰਗਾਂ ਨੇ। ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰ ਉਹਨਾਂ ਦੇ ਪ੍ਰੈਸ਼ਰ ਥੱਲੇ ਇਹ ਮੰਗਾਂ ਸਾਨੂੰ ਵੀ ਦੇ ਦੇਵੇ, ਅਤੇ ਉਹਨਾਂ ਨਾਲ ਭਾਵੇਂ ਮੀਟਿੰਗ 12 ਤਰੀਕ ਦੀ ਵੀ ਕੁਛ ਤੈਅ ਹੋਈ ਆ, ਉਹਨਾਂ ਨੂੰ ਮੀਟਿੰਗ 'ਚ ਮੰਗਾਂ ਦੇਵੇ। ਅਤੇ ਜੋ ਸਾਨੂੰ ਪਤਾ ਲੱਗ ਰਿਹਾ ਵੀ ਵੱਡੇ ਵੱਡੇ ਨਾਕੇ ਲਾ ਰਹੀ ਆ ਸਰਕਾਰ, ਇਹ ਬੜੀ ਮਾੜੀ ਗੱਲ ਆ। ਪ੍ਰੋਟੈਸਟ ਕਰਨਾ ਹਰੇਕ ਦਾ ਜਮਹੂਰੀ ਜਿਹੜਾ ਹੱਕ ਆ, ਸਾਡਾ ਹੱਕ ਆ ਪ੍ਰੋਟੈਸਟ ਕਰਨ ਦਾ, ਮੰਗਣ ਦਾ। ਸਰਕਾਰ ਸਾਡੀਆਂ ਮੰਗਾਂ ਮੰਨ ਲਵੇ, ਅਸੀਂ ਪ੍ਰੋਟੈਸਟ ਕਰਨ ਦੀ ਲੋੜ ਨਹੀਂ। ਜੇ ਸਰਕਾਰ ਨੇ ਕਿਤੇ ਗਲਤੀ ਕੀਤੀ ਕੋਈ ਸਾਡੇ ਦੇ ਧੱਕਾ ਕਰਨ ਦੀ, ਭਾਵੇਂ 13 ਤਰੀਕ 'ਤੇ ਸਾਡੇ ਕਿਸਾਨਾਂ ਦੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਸਾਰੀਆਂ ਜਥੇਬੰਦੀਆਂ ਵੀ ਉਹਨਾਂ ਦੀ ਪਿੱਠ 'ਤੇ ਜਾ ਕੇ ਖੜ ਜਾਂਗੇ। MSP ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ, ਹੁਣ ਸੈਸ਼ਨ ਖਤਮ ਹੋ ਗਿਆ, ਪਾਰਲੀਮੈਂਟ ਲਾਸਟ ਹੋ ਗਿਆ, ਮੀਟਿੰਗ ਹੋਈ ਚੰਡੀਗੜ੍ਹ 'ਤੇ ਕੋਈ ਫੈਸਲਾ ਨਹੀਂ ਹੋ ਪਾਇਆ, ਕੀ ਲੱਗਦਾ ਹੈ ਕਿ ਸਰਕਾਰ ਦੇ ਦਬਾਅ ਹੋਰ ਵੀ ਕਿਤੇ ਨਾ ਪਾਇਆ ਜਾਵੇਗਾ? ਸਰਕਾਰ 'ਤੇ ਦਬਾਅ ਪਾਉਣ ਦੀ ਹੈਗੀ ਆ ਗੱਲ, ਕਿਉਂਕਿ ਸਰਕਾਰ ਦਬਾਅ ਵੀ ਮੰਨ ਰਹੀ ਆ, ਸਰਕਾਰ ਨੇ ਵੋਟਾਂ ਲੈਣੀਆਂ ਨੇ। ਅਸੀਂ ਕਹਿੰਦੇ ਹਾਂ ਵੀ ਬੜੇ ਸਾਲ ਹੋ ਗਏ, 10 ਸਾਲ ਹੋ ਗਏ ਸਾਨੂੰ ਲਾਰੇ ਲਾਉਂਦਿਆਂ ਨੂੰ, ਤੁਹਾਨੂੰ ਕਮੇਟੀਆਂ ਬਣਾਉਂਦਿਆਂ ਨੂੰ, 2-3 ਸਾਲ MSP ਦੀ ਕਮੇਟੀ ਬਣਾਈ ਨੂੰ ਹੋ ਗਈ, ਉਹਦੇ 'ਤੇ ਕੋਈ ਮੀਟਿੰਗ ਨਹੀਂ ਕੀਤੀ। ਹੁਣ ਤੁਸੀਂ ਜਾਂਦੇ ਵਾਰੀ ਫੈਸਲਾ ਲੈ ਲਓ ਅਤੇ ਸਾਨੂੰ ਇਹਦੇ MSP ਦਾ ਕਾਨੂੰਨ ਬਣਾ ਦਿਓ। ਦੇਖੋ ਸਵਾਮੀ ਅਸਰ ਸਾਹਿਬ ਨੂੰ ਇਹਨਾਂ ਨੇ ਭਾਰਤ ਦੇ ਦਿਨ ਦੀ ਗੱਲ ਕਹੀ, ਲੇਕਿਨ ਉਹਦੀ ਰਿਪੋਰਟ ਹੈ ਜਿਹੜੀ ਤੁਸੀਂ ਉਹ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹੋ? ਉਹਦਾ ਦਿਨ ਵੀ ਮਨਾਇਆ ਇਹਨਾਂ ਨੇ, ਉਹਨੂੰ ਨਸ਼ੀਦ ਵੀ ਕਿਹਾ ਇਹਨਾਂ ਨੇ, ਉਹਨੂੰ ਭਾਰਤ ਰਤਨ ਦਾ ਅਵਾਰਡ ਵੀ ਦੇ ਰਹੇ ਆ, ਪਰ ਜਿਹੜੀਆਂ ਉਹਦੀਆਂ ਸਿਫਾਰਿਸ਼ਾਂ ਨੇ ਉਹਨਾਂ ਨੂੰ ਇਹ ਲਾਗੂ ਨਹੀਂ ਕਰ ਰਹੇ। ਕਿੱਡੀ ਦੁੱਖ ਦੀ ਗੱਲ ਹੈ।
ਤੇ ਹੁਣ ਤੁਹਾਡਾ ਕੀ ਅਗਲਾ ਰਹੇਗਾ? ਜੇ 13 ਦਿਨ ਦੇ ਕਹਿੰਦੇ ਜੇ ਮੰਨ ਲਓ ਤੁਹਾਨੂੰ ਦੇਖੀ ਹੋਣੀ ਤੇ ਕਿਸੇ ਦਾ ਤਿਆਰੀ ਕੀਤੀ ਹੈ, ਤੁਸੀਂ ਮਤਲਬ ਸਾਰੇ ਜਿੱਥੇ ਬੰਦੇ ਫਿਰ ਤੁਸੀਂ ਇਲਾਜ ਕਰੋਗੇ? ਨਹੀਂ, ਅਜੇ ਸਾਡਾ ਕੋਈ ਪ੍ਰੋਗਰਾਮ ਨਹੀਂ 13 ਨੂੰ ਤੁਰਨ ਦਾ। ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰ ਮੰਗਾਂ ਹੀ ਮਨਵਾਉਣੀਆਂ ਸੀ, ਸਰਕਾਰ ਉਹਨਾਂ ਨਾਲ ਹੀ ਗੱਲ ਕਰਕੇ ਸਾਡੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਸਰਕਾਰ ਫੌਰੀ ਤੌਰ ਤੇ ਐਲਾਨ ਕਰੋ। ਸਰ ਜੇ ਮੰਨ 12 ਜੂਨ ਦੀ ਮੀਟਿੰਗ ਨੂੰ ਐਲਾਨ ਹੋ ਜਾਂਦਾ ਸੀ ਕਿ ਮੰਗਾਂ ਮੰਨੀਆਂ ਗਈਆਂ, ਇਹ 16 ਨੂੰ ਤੁਹਾਡਾ ਬੰਦ ਸੁਦਾ ਹੀ ਕੱਢ ਦਿੱਤਾ ਜਾਊਗਾ? ਉਹ ਅਸੀਂ ਫਿਰ ਮੀਟਿੰਗ ਕਰਾਂਗੇ, ਜੇ ਸਾਡੀਆਂ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਜਾਂਦੀ ਆ ਤਾਂ ਫਿਰ ਅਸੀਂ ਮੀਟਿੰਗ ਕਰਕੇ ਉਹਨੂੰ 2 ਦਿਨ ਪਹਿਲਾਂ ਇਹਨੂੰ ਅਸੀਂ ਰੱਦ ਕਰ ਦਵਾਂਗੇ। ਅਸੀਂ ਤਾਂ ਮੰਗਾਂ ਹੀ ਲੈਣੀਆਂ ਸੀ ਬੰਦ ਕਰਵਾ ਕੇ ਲੋਕਾਂ ਨੂੰ ਤੰਗ ਕਰਕੇ ਕੀ ਲਾ। ਤੇ ਦੂਸਰਾ ਪੰਜਾਬ ਸਰਕਾਰ ਨੂੰ ਵੀ ਉਹ ਵੀ ਗੱਲ ਕਰ ਲਈਏ ਥੋੜ੍ਹੀ ਜਿਹੀ ਸੈਂਟਰ ਨਾਲ ਹੋ ਗਈ ਆ। ਤੇ ਇੱਕ ਤਾਂ ਸਾਡਾ ਜਿਹੜਾ RDF ਬੰਦ ਪਿਆ ਕੇਂਦਰ ਸਰਕਾਰ ਤੋਂ, ਅਸੀਂ ਉਹ ਵੀ ਮੰਗ ਕਰਦੇ ਹਾਂ ਵੀ ਪੰਜਾਬ ਦੀ ਡਿਵੈਲਪਮੈਂਟ ਰੁਕੀ ਪਈ ਆ। RDF ਰੂਰਲ ਡਿਵੈਲਪਮੈਂਟ ਫੰਡ ਹੁੰਦਾ, ਸਾਡੀਆਂ ਮੰਡੀਆਂ ਨੂੰ ਸੜਕਾਂ ਮੰਨੀਆਂ ਹੁੰਦੀਆਂ, ਸਾਡੀਆਂ ਮੰਡੀਆਂ ਮੰਨੀਆਂ ਹੁੰਦੀਆਂ, ਉਹ 2 ਸਾਲਾਂ ਤੋਂ ਬੰਦ ਪਿਆ, ਫੌਰੀ ਤੌਰ ਤੇ ਕੇਂਦਰ ਸਰਕਾਰ ਜਾਰੀ ਕਰੇ। ਦੂਸਰਾ, ਪੰਜਾਬ ਸਰਕਾਰ ਨਾਲ ਵੀ ਸਾਡੀ ਪਿੱਛੇ ਮੀਟਿੰਗ ਹੋਈ ਸੀ 19 ਤਰੀਕ ਨੂੰ, ਜਿਹਨੂੰ ਵੀ ਅੱਜ 2 ਮਹੀਨੇ ਹੋ ਚੱਲੇ ਆ। ਸਾਡੇ ਨਾਲ 12 ਮੰਗਾਂ ਤੇ ਸਹਿਮਤੀ ਬਣੀ ਸੀ, ਸਾਡੇ ਜਿੰਨੇ ਕਿਸਾਨ ਸ਼ਹੀਦ ਹੋਏ ਸੀ 750 ਭਾਵੇਂ ਅੱਜ ਭਗਵੰਤ ਮਾਨ ਮੀਟਿੰਗਾਂ ਕਰਵਾਉਂਦਾ ਵੀ ਇਹਨਾਂ ਦੀ ਗੱਲ ਸੁਣੋ, ਪਰ ਉਹ ਸਾਡੀ ਗੱਲ ਕਿਉਂ ਨਹੀਂ ਸੁਣਦਾ? ਅੱਜ ਜਿਹੜਾ 750 ਕਿਸਾਨ ਸ਼ਹੀਦ ਹੋਏ ਸੀ, 350 ਕਿਸਾਨ ਉਹਦੇ ਖੇਤੀਬਾੜੀ ਮੰਤਰੀ ਦੇ ਦਰਾਂ ਦੇ ਮੂਹਰੇ ਬੈਠੇ ਨੇ, ਉਹ ਪਰਿਵਾਰ ਉਹਨਾਂ ਨੂੰ ਨੌਕਰੀਆਂ ਦੀ ਮੰਗ ਕਰ ਰਹੇ ਹਾਂ। ਇਸ ਤਰ੍ਹਾਂ 10-12 ਮੰਗਾਂ ਤੇ ਸਾਡੀ ਸਹਿਮਤੀ ਹੋਈ ਸੀ, ਬਿਜਲੀ ਦੇ ਜਿਹੜੇ ਬਿੱਲ ਮਾਫ਼ ਦੀ ਸਹਿਮਤੀ ਹੋਈ ਸੀ, ਜਿਹੜੀ ਸਾਡੀ ਉਜਾੜਾ ਹੋਇਆ ਉਹਦੇ ਗੜੇਮਾਰ ਹੋਈ, ਉਹਦੇ ਤੇ ਸਹਿਮਤੀ ਹੋਈ ਸੀ, ਪਰ ਉਹ ਭਗਵੰਤ ਮਾਨ ਨਹੀਂ ਦੇ ਰਿਹਾ, ਇਹ ਕੇਂਦਰ ਨੂੰ ਕਹਿ ਰਿਹਾ। ਆਪ ਵੀ ਉਹ ਉਹਨਾਂ ਨੂੰ ਕਹਿੰਦੇ ਵੀ ਫੌਰੀ ਤੌਰ ਤੇ ਉਹ ਮੰਗਾਂ ਸਾਡੀਆਂ ਭਗਵੰਤ ਮਾਨ ਵੀ ਮੰਨੇ, ਪੰਜਾਬ ਸਰਕਾਰ ਵੀ ਮੰਨੇ। ਠੀਕ ਹੈ, ਧੰਨਵਾਦ। ਅੱਜ ਜਿਹੜੀ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ, ਉਹਦੇ ਜਿਹੜੀ ਮੇਨ ਮੰਗ ਆ, ਤਾਂ ਮੰਗਾਂ ਤਾਂ ਸਾਰੀਆਂ ਤਕਰੀਬਨ ਹਰਿੰਦਰ ਸਿੰਘ ਪ੍ਰਧਾਨ ਨੇ ਦੱਸਤੀਆਂ। ਮੈਂ ਇੱਕੋ ਗੱਲ ਕਰਾਂਗਾ ਵੀ ਅੱਜ ਭਾਰਤ ਦੇ ਜੁੰਮੇ 1,55,000,000,000,000 ਰੁਪਈਆ ਇਹਨਾਂ ਨੇ ਕਰਜ਼ਾ ਲਿਆ ਹੋਇਆ, ਅਤੇ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਨੂੰ 25,00,000,000,000 ਰੁਪਈਆ ਇਹਨਾਂ ਨੇ ਮਾਫ਼ ਕਰਤਾ ਪਿਛਲੇ ਸਾਲਾਂ 'ਚ। ਕੀ ਉਹ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ਼ ਕਰ ਸਕਦੀ? ਸਭ ਕੁਛ ਕਰ ਸਕਦੀ ਆ, ਕਿਉਂਕਿ ਸਿਰਫ ਕਿਸਾਨਾਂ ਜੁੰਮੇ ਸਾਰਾ ਕਰਜ਼ਾ 18,00,000,000,000 ਬਣਦਾ, ਉਹ ਕੁਛ ਵੀ ਨਹੀਂ ਬਣਦਾ ਉਹਨਾਂ ਦੇ ਮੁਕਾਬਲੇ 'ਚ। ਇਸ ਕਰਕੇ ਅਸੀਂ ਇਹ ਜਿਹੜੇ ਧਰਨੇ ਮੁਜ਼ਾਹਰੇ ਕਰਦੇ ਹਾਂ, ਅਸੀਂ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਇਹ ਸਰਕਾਰ ਦੇ ਖਿਲਾਫ਼ ਅਸੀਂ ਜੋ ਜਦੋਜਹਿਦ ਕਰਦੇ ਹਾਂ ਉਹ ਅਸੀਂ ਪੂਰੇ ਜ਼ੋਰ ਨਾਲ ਕਰਾਂਗੇ, ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ। ਕਿਉਂਕਿ ਜਿੰਨਾ ਚਿਰ ਇਹ ਆਹ ਘਰਾਣੇ ਆ ਗਏ ਨੇ, ਤੁਹਾਡੀ ਕਣਕ ਸਿੱਧੀ ਹੁਣ ਆ ਸੈਲੋ ਬਣ ਗਏ ਨੇ, ਸਾਡੀ ਸਿੱਧੀ ਕਣਕ ਲੈ ਕੇ ਮੰਡੀਆਂ ਖਤਮ ਕਰ ਰਹੇ ਨੇ, ਅਸੀਂ ਮੰਡੀਆਂ ਖਤਮ ਨਹੀਂ ਹੋਣ ਦੇਵਾਂਗੇ, ਅਸੀਂ ਮੰਡੀਆਂ ਦੇ ਵਿੱਚ ਮਾਲ ਲੈ ਕੇ ਜਾਵਾਂਗੇ। ਕਿਉਂਕਿ ਮੰਡੀਆਂ ਦੇ ਵਿੱਚ ਜਦੋਂ ਇੱਕ ਵਾਰੀ ਸੈਲੋ 'ਚ ਮਾਲ ਚਲੇ ਜਾਂਦਾ, ਉਹ ਉਹਨਾਂ ਦੀ ਮਰਜ਼ੀ ਆ ਜਦੋਂ ਸਾਨੂੰ ਪੈਸੇ ਦੇਣ। ਅਸੀਂ ਇਹ ਇੱਕ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ, ਕਿਉਂਕਿ ਅਡਾਨੀ ਨੂੰ ਰੇਲਾਂ ਵੀ ਦੇਤੀਆਂ, ਉਹ ਕਰ ਦੇਤੀਆਂ, ਇਹ ਸਾਰਾ ਭਾਰਤ ਨੂੰ ਕਹਿਣੇ ਕਰਨ ਜਾ ਰਿਹਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਲਈ, ਮਜ਼ਦੂਰਾਂ ਲਈ, ਮੁਲਾਜ਼ਮਾਂ ਲਈ, ਆੜ੍ਹਤੀਆਂ ਲਈ, ਸਾਰਿਆਂ ਲਈ ਬਹੁਤ ਖਤਰਨਾਕ ਆ ਰਿਹਾ, ਇਹਦੋਂ ਬਚਣ ਦੀ ਲੋੜ ਆ। ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਜਿਹੜੀ 24 ਦੀ ਇਲੈਕਸ਼ਨ ਹੋਣ ਵਾਲੀ ਆ ਉਹਦੇ ਬਾਰੇ ਅਸੀਂ ਸੋਚ ਸਕਦੇ ਹਾਂ ਵੀ ਕੀ ਕਰਨਾ। ਇਸ ਕਰਕੇ ਤੁਹਾਡਾ ਸਾਰਿਆਂ ਦਾ, ਜਿੰਨੇ ਵੀ ਚੈਨਲ ਆਏ ਨੇ, ਧੰਨਵਾਦ ਕਰਦੇ ਹਾਂ।